ਮਾਂ ਜੰਨਤ ਦੀਆਂ ਇੱਥੇ ਆਰਾਮ ਦਾ ਸੋਣਾ ਲੈਂਦੇ ਨੇ ਯਾਰ ਆਰਾਮ ਨਾਲ ਸੋਣਾ ਗੱਦਾ ਨਰਮ ਦਾ ਹੋਵੇ ਤੇ ਏਸੀ ਚੱਲਦਾ ਹੋਵੇ ਗਰਮੀ ਤੇ ਬੜਾ ਸਕੂਨ ਦਾ ਮਜ਼ਾ ਸੌਣ ਦਾ ਫਿਰ ਮਜ਼ਾ ਬੜਾ ਆਉਂਦਾ ਹੈ ਮੈਂ ਕੁਰਬਾਨ ਜਾਵਾਂ ਜੰਨਤੀ ਬਿਸਤਰ ਜਿਹਦੇ ਵਾਸਤੇ ਲੱਗਾ ਕਬਰ ਦੇ ਅੰਦਰ ਜਿਹਦੇ ਵਾਸਤੇ ਜੰਨਤੀ ਤੇ ਏਸੀ ਦੀਆਂ ਹਵਾਵਾਂ ਨਹੀਂ ਜੰਨਤ ਦੀਆਂ ਠੰਡੀਆਂ ਹਵਾਵਾਂ ਜੰਨਤ ਦੀਆਂ ਠੰਡੀਆਂ ਹਵਾਵਾਂ ਤੇ ਫਰਿਸ਼ਤੇ ਕੀ ਆਉਂਦੇ ਨੇ ਉਹ ਸੁਣੇ ਲਜਪਾਲ ਨਬੀ ਦੀਆਂ ਗੁਲਾਮਾਂ ਸੁਣੇ ਲਜਪਾਲ ਨਬੀ ਦੀਆਂ ਆਸ਼ਕਾ ਨਮਕਨ ਉਮਤਿਲ ਉਰੂ ਨਮਕਨ ਉਮਤਿਲ ਉਰੂ ਹੁਣ ਸੌਂ ਜਾ ਜਿਵੇਂ ਦੁਲਹਨ ਸੌਂਦੀ ਹੈ ਸੌ ਜਾ ਕਿਉਂਕਿ ਦੁਲਹਨ ਜਿਸ ਵਕਤ ਸੌਂਦੀ ਹੈ ਨਾ ਤੇ ਉਹਨੂੰ ਕੋਈ ਬੰਦਾ ਡਿਸਟਰਬ ਨਹੀਂ ਕਰਦਾ ਹੋਰ ਬੰਦਾ ਕੋਈ ਵੀ ਆ ਕੇ ਜਗਾਉਂਦਾ ਹੋਰ ਬੰਦਾ ਉਹਨੂੰ ਕੋਈ ਵੀ ਆ ਕੇ ਇਹ ਉਹਦਾ ਹੀ ਹੱਕ ਹੈ ਜਿਹਦੇ ਵਾਸਤੇ ਬਿਸਤਰ ਤੇ ਲੇਟੀ ਗਏ ਫਰਮਾਇਆ ਹੁਣ ਕਿਆਮਤ ਵਾਲੇ ਦਿਹਾੜੇ ਤੇਰੇ ਨਬੀ ਉੱਠਾ ਰਹੇ ਹੈ ਕਿਆਮਤ ਤੱਕ ਨਮਕ ਨਾ ਉਮਤਿਲ ਉਰੂਜ ਇਸ ਜੰਤੀ ਬਿਸਤਰ ਤੇ ਆਰਾਮ ਫਰਮਾ ਜਿਹੜਾ ਅੱਲਾਹ ਦਾ ਬੰਦਾ ਹੁੰਦਾ ਹੈ ਮਰਦਾ ਮਰਦਾ ਕਬਰ ਵਿੱਚ ਵੀ ਮਰਦਾ ਉਹ ਸਾਰੇ ਜਿਸਮ ਕਬਰ ਦੇ ਅੰਦਰ ਸਲਾਮਤ ਨਹੀਂ ਰਹਿੰਦੇ ਲੇਕਿਨ ਅੱਲਾਹ ਦੇ ਜਿਹੜੇ ਨੇਕ ਬੰਦੇ ਹੁੰਦੇ ਨੇ ਸਾਰੇ ਜਿਸਮ ਕਬਰ ਵਿੱਚ ਸਲਾਮਤ ਨਹੀਂ ਰਹਿੰਦੇ ਲੇਕਿਨ ਜਿਹੜੇ ਅੱਲਾਹ ਦੇ ਨੇਕ ਬੰਦੇ ਹੁੰਦੇ ਨੇ ਅੱਲਾਹ ਦੇ ਬਰਗਜ਼ੀ ਦੇ ਹੁੰਦੇ ਨੇ ਉਹਨਾਂ ਵਾਸਤੇ ਜ਼ਮੀਨ ਮੈਲੀ ਨਹੀਂ ਹੋਤੀ ज़मन मैला नहीं होता ज़मीन मैली नहीं होती ज़मन मैला नहीं होता मोहम्मद के कफन मैला नहीं होता मोहम्मद के गुलामों का कफन मैला नहीं होता मोहम्मद के ਕਫਨ ਮੈਲਾ ਤੇ ਅੱਲਾ ਰੱਬੁਲ ਇੱਜ਼ਤ ਵਿਖਾਂਦਾ ਵੀ ਹੈ ਕਈ ਐਸੇ ਵਾਕਿਆਤ ਮੌਜੂਦ ਨੇ 3-6 ਸਾਲ ਬਾਅਦ ਕਬਰ ਖੋਲੀ ਤੇ ਕਫਨ ਵੀ ਮੈਲਾ ਕਈ ਸਾਲ ਬਾਅਦ ਕਫਨ ਕਬਰ ਖੁੱਲੀ ਤੇ ਕਫਨ ਮੈਲਾ ਕਫਨ ਵੀ ਮੈਲਾ ਇੰਜ ਹੀ ਲੱਗਦਾ ਜਿਵੇਂ ਹੁਣੇ ਹੀ ਸੁੱਤਾ ਹੈ ਜਿਵੇਂ ਹੁਣੇ ਹੀ ਸੁੱਤਾ ਹੈ ਕਿਉਂਕਿ ਜਿਹੜਾ ਅੱਲਾ ਦਾ ਨੇਕ ਬੰਦਾ ਹੈ ਜਿਹੜਾ ਅੱਲਾ ਦਾ ਬਰਗਜ਼ੀ ਦਾ ਬੰਦਾ ਹੈ ਜਿਹਨੇ ਸਾਰੀ ਜ਼ਿੰਦਗੀ ਰੱਬ ਨੂੰ ਰਾਜ਼ੀ ਕੀਤਾ ਹੈ ਆਪਣੇ ਪਾਕ ਨਬੀ ਨੂੰ ਰਾਜ਼ੀ ਕੀਤਾ ਹੈ ਜ਼ਿੰਦਗੀ ਨਬੀ ਦੀ ਗੁਲਾਮੀ ਵਿੱਚ ਗੁਜ਼ਾਰੀ ਹੈ ਉਹ ਕਬਰ ਦੇ ਅੰਦਰ ਮਰਦਾ ਨਹੀਂ ਬਲਕਿ ਕਬਰ ਦੇ ਅੰਦਰ ਜੰਤੀ ਬਿਸਤਰ ਤੇ ਆਰਾਮ ਫਰਮਾਉਂਦਾ ਹੈ ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੇ ਅੰਦਰ ਦੁਆ ਹੈ ਅੱਲਾ ਤਬਾਰਕੋ ਤਾਲਾ ਆਪਣੇ ਪਾਕ ਲਾਡਲੇ ਮਹਿਬੂਬ ਦੀਆਂ ਸੋਹਣੀਆਂ ਕਾਲੀਆਂ ਲਟਕਦੀਆਂ ਜ਼ੁਲਫਾਂ ਦੇ ਸਦਕੇ ਤਾਂ ਕਿਆਮਤ ਅਲਾਮਾ ਮੁਖਤਾਰ ਅਹਿਮਦ ਨਕਸ਼ਬੰਦੀ ਸਾਹਿਬ ਕਬਰ ਰੋਸ਼ਨ ਮੁਨੱਵਰ ਫਰਮਾਏ ਸਕੂਨ ਵਾਲਾ ਹੱਥ ਅਤਾ ਫਰਮਾਏ ਜੰਨਤ ਵਿੱਚ ਅੱਲਾ ਰੱਬੁਲ ਇੱਜ਼ਤ ਅੱਲਾ ਤੋਂ ਅਲਾ ਮਕਾਮ ਅਤਾ ਫਰਮਾਏ ਮਮਾ ਲੈਣਾ ਇਬਲ ਬਲਾਗ ਨੂੰ ਵੀ